ਇਹ ਸਰਕਾਰਾਂ ਵੱਲੋਂ ਕੋਈ ਪਹਿਲਾ ਇਲਜ਼ਾਮ ਨਹੀਂਗਾ ਮੇਰੇ ਤੇ ਪਹਿਲਾ ਝੂਠੇ ਇਲਜ਼ਾਮਾਂ ਦੇ ਤਹਿਤ ਦਰਜਣਾ ਝੂਠੇ ਮੁਕਦਮੇ ਦਰਜ ਕੀਤੇ ਗਏ ਦੋਸਤ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਜੋ ਦਰਖਾਸਤ ਕੰਪਲੇਂਟ ਦੇ ਰੂਪ ਦੇ ਵਿੱਚ ਇਹ ਸਤਾਧਾਰੀ ਲੋਕਾਂ ਨੇ ਪੁਲਿਸ ਨੂੰ ਦਵਾਈ ਆ ਜਿੱਦਣ ਅਸੀਂ ਹਰੀ ਕੇ ਪਤਨ ਤੋਂ ਪੰਜਾਬ ਅਧਿਕਾਰ ਯਾਤਰਾ ਸਟਾਰਟ ਕਰਦੇ ਤੇ ਉਸੇ ਦਿਨ ਉਧਰ ਕੰਪਲੇਂਟ ਫਾਈਲ ਹੁੰਦੀ ਹੈ ਇਸ ਔਰਤ ਦੀ ਪਹਿਲੀ ਕੰਪਲੇਂਟ ADCP ਤੇਜਾ ADCP 2 ਉਥੇ ਮਾਫੀ ਮੰਗੀ ਸੇਮ ਉਹਦੇ ਚ ਐਲੀਗੇਸ਼ਨ ਲਾਏ ਗਏ ਸੀਗੇ ਸੋ ਮੈਂ ਇਹ ਜ਼ਰੂਰ ਕਹੂੰਗਾ ਕਿ ਜਦੋਂ ਸੋਨੇ ਦੀ ਪਿਓਰਿਟੀ ਲੈਣੀ ਹੋਵੇ ਤੇ ਉਹਨੂੰ ਤਪਣਾ ਪੈਂਦਾ ਕੁਠਾਲੀ ਦੇ ਵਿੱਚ ਮੈਨੂੰ ਕਿਸੇ ਸਰਕਾਰ ਦੀ ਧਮਕੀ ਦਾ ਅਸਰ ਨਹੀਂਗਾ ਮੈਂ ਕਿਸੇ ਜਿਹੜੇ ਫੋਕੇ ਫੈਰ ਹੈਗੇ ਉਹਨਾਂ ਤੋਂ ਡਰਨ ਵਾਲਾ ਨਹੀਂਗਾ ਮੇਰਾ ਜੀਵਨ ਖੁੱਲੀ ਕਿਤਾਬ ਆ ਕੋਈ ਬੰਦਾ ਕੋਈ ਸਫਾ ਪੜ ਸਕਦਾ ਮੇਰੇ ਕਿਰਦਾਰ ਪ੍ਰਤੀ ਕਰੈਕਟਰ ਪ੍ਰਤੀ ਪੂਰੀ ਦੁਨੀਆ ਚ ਵਸਦੇ ਪੰਜਾਬੀ ਜਾਣਦੇ ਆ ਸੋ ਇਹ ਜਿਹੜੀ ਸਿਰਫ ਤੇ ਸਿਰਫ ਕੰਪਲੇਂਟ ਆ ਉਹ ਪੰਜਾਬ ਅਧਿਕਾਰ ਯਾਤਰਾ ਦੇ ਪ੍ਰਚਾਰ ਨੂੰ ਮੱਧਮ ਕਰਨ ਲਈ ਲੋਕਾਂ ਦੀ ਅਟੈਂਸ਼ਨ ਡਾਈਵਰਟ ਕਰਨ ਲਈ ਆ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਏਗਾ ਦੋਸਤੋ ਮੈਂ ਇਸ ਗੱਲ ਦਾ ਇਨਸ਼ੋਰ ਕਰਦਾ ਹਾਂ।